ਮਿਸ਼ਨ ਪੰਜਾਬ 'ਤੇ ਮੈਂ ਰਾਜਵਿੰਦਰ ਕੌਰ ਖਬਰਾਂ ਲੈ ਕੇ ਹਾਜ਼ਰ ਹਾਂ। ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਮੀਂਹ ਦੀ ਨਹੀਂ ਕੋਈ ਸੰਭਾਵਨਾ। ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ। ਕਿਸਾਨਾਂ ਦਾ ਦਿੱਲੀ ਕੂਚ 29 ਫਰਵਰੀ ਤੱਕ ਮੁਲਤਵੀ, ਪਰ ਧਰਨੇ 'ਤੇ ਡਟੇ ਰਹਿਣਗੇ ਕਿਸਾਨ ਸਰਵਨ ਸਿੰਘ ਪੰਧੇਰ। ਸ਼ਹੀਦ ਕਿਸਾਨ ਸ਼ੁੰਭਕਰਨ ਸਿੰਘ ਦੇ ਪਰਿਵਾਰ ਨੂੰ ਮਿਲੇਗਾ 1 ਕਰੋੜ ਅਤੇ ਸਰਕਾਰੀ ਨੌਕਰੀ। ਮੁੱਖ ਮੰਤਰੀ ਮਾਨ ਨੇ ਕੀਤਾ ਐਲਾਨ। ਕਿਸਾਨ ਆਗੂਆਂ ਨੇ ਦਿੱਤਾ ਝਟਕਾ, ਠੁਕਰਾਈ 1 ਕਰੋੜ ਅਤੇ ਸਰਕਾਰੀ ਨੌਕਰੀ ਦੀ ਪੇਸ਼ਕਸ਼। ਸ਼ੁੰਭਕਰਨ ਦੇ ਦੋਸ਼ੀਆਂ ਖਿਲਾਫ FIR ਕਰਨ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਆਪ ਸਰਕਾਰ 'ਤੇ ਲਾਏ ਇਲਜ਼ਾਮ, ਕਿਹਾ ਵਾਅਦਿਆਂ ਤੋਂ ਪਲਟੀ ਪੰਜਾਬ ਸਰਕਾਰ। ਦੂਜੇ ਦਿਨ ਵੀ ਜਾਰੀ ਪੰਜਾਬ ਸ਼ੁੰਭਕਰਨ ਦੀ ਮੌਤ ਅਤੇ ਰੋਸ 'ਚ ਧਰਨੇ, ਪੰਜਾਬ ਭਰ 'ਚ ਮਨਾਏ ਜਾ ਰਹੇ ਕਾਲੇ ਦਿਨ। PM ਮੋਦੀ, ਮਨੋਹਰ ਲਾਲ ਖੱਟੜ ਅਤੇ ਅਮਿਤ ਸ਼ਾਹ ਦੇ ਫੂਕੇ ਗਏ ਪੁਤਲੇ। ਹਰਿਆਣਾ ਸਰਕਾਰ ਨੇ ਕਿਸਾਨਾਂ 'ਤੇ NSA ਲਗਾਉਣ ਦਾ ਫੈਸਲਾ ਬਦਲਿਆ। ਕਿਸਾਨਾਂ ਨੂੰ ਸ਼ਾਂਤੀ 'ਚ ਰਹਿਣ ਦੀ ਕੀਤੀ ਅਪੀਲ। ਡਿਬੜੂਗੜ੍ਹ ਜੇਲ੍ਹ 'ਚ ਨਜ਼ਰਬੰਦ ਭਾਈ ਅਮਰਿਤਪਾਲ ਸਿੰਘ ਅਤੇ ਸਾਥੀ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਨੂੰ ਧਰਨੇ 'ਤੇ ਜਾ ਕੇ ਮਿਲੇ ਸ਼੍ਰੋਮਣੀ ਕਮੇਟੀ ਪ੍ਰਧਾਨ। ਕਿਹਾ ਸਰਕਾਰ ਸਿੱਖ ਨੌਜਵਾਨਾਂ 'ਤੇ ਮਾਨਸਿਕ ਅਤੇ ਸਰੀਰਕ ਤਸ਼ੱਦਦ ਕਰੇ ਬੰਦ। ਹਰਿਆਣੇ 'ਚ ਹੋ ਰਹੇ ਪਰਚੇ ਜੀਤ 'ਚ ਅਣਪਛਾਤੇ ਕਿਸਾਨਾਂ 'ਤੇ ਇਰਾਦੇ ਕਤਲ ਅਤੇ ਦੰਗਾ ਭੜਕਾਉਣ ਦਾ ਕੇਸ ਦਰਜ। ਖਨੌਰੀ ਬਾਰਡਰ 'ਤੇ 168 ਕਿਸਾਨ ਹੋਏ ਜ਼ਖਮੀ, 6 ਦੀ ਹਾਲਤ ਗੰਭੀਰ, ਕਈ ਰੋਹਤਕ BGI 'ਚ ਦਾਖਲ। ਅਗਵਾ ਕੀਤੇ ਪੰਜਾਬ ਦੇ ਕਿਸਾਨਾਂ ਨੂੰ ਵਾਪਸ ਲੈ ਕੇ ਆਉਣ, ਮੁੱਖ ਮੰਤਰੀ ਕਿਸਾਨ ਆਗੂ ਡੱਲੇਵਾਲ ਨੇ ਕੀਤੀ ਮੰਗ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਘੇਰੀ ਪੰਜਾਬ ਸਰਕਾਰ। ਜ਼ਖਮੀ ਕਿਸਾਨ ਦੀ ਵੀਡੀਓ ਸਾਂਝੀ ਕਰ ਪੁੱਛੇ ਸਵਾਲ। ਕਿਹਾ ਟਾਊਟੀ ਛੱਡ, ਨੌਜਵਾਨਾਂ ਦੇ ਹੱਕ 'ਚ ਬੋਲੋ। ਖਨੌਰੀ ਬਾਰਡਰ ਦੇ ਧਰਨੇ 'ਚ ਇੱਕ ਹੋਰ ਕਿਸਾਨ ਨੇ ਤੋੜਿਆ ਦਮ। ਬਠਿੰਡਾ ਦੇ ਪਿੰਡ ਅਮਰਗੜ੍ਹ ਦਾ ਰਹਿਣ ਵਾਲਾ ਸੀ ਦਰਸ਼ਨ ਸਿੰਘ। ਕਿਸਾਨਾਂ ਦੇ ਹੱਕ 'ਚ ਬੋਲੋ ਸੁਨੀਲ ਜਾਖੜ। ਕਿਹਾ ਦੋਸ਼ੀਆਂ ਖਿਲਾਫ਼ ਕਰੋ ਕਾਰਵਾਈ, MSP 'ਤੇ ਕਾਨੂੰਨ ਬਣਾਉਣ ਲਈ ਸੱਦਿਆ ਜਾਵੇ। ਸੰਦਰ ਦਾ ਵਿਦੇਸ਼ ਇਜਲਾਸ ਕਾਂਗਰਸੀ MP ਮਨੀਸ਼ ਤਿਵਾੜੀ ਨੇ ਕੀਤੀ ਮੰਗ। ਕਾਲਜਾਂ 'ਚ MSP ਬਾਰੇ ਦਿੱਤੀ ਜਾਵੇਗੀ ਜਾਣਕਾਰੀ। ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕੀਤਾ ਐਲਾਨ। ਬ੍ਰਿਟੇਨ ਦੀ ਸੰਸਦ 'ਚ ਗੂੰਜਿਆ ਸ਼ੁੰਭਕਰਨ ਦੀ ਮੌਤ ਦਾ ਮਾਮਲਾ। MP ਤਨਮਨਜੀਤ ਸਿੰਘ ਢੇਸੀ ਬੋਲੇ, ਭਾਰਤ 'ਚ ਹੋ ਰਹੀ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਦੀ ਉਲੰਘਣਾ। ਬੀਬਾ ਹਰਸਿਮਰਤ ਕੌਰ ਬਾਦਲ ਨੇ ਨੌਜਵਾਨ ਸ਼ੁੰਭਕਰਨ ਦੇ ਪਰਿਵਾਰ ਨਾਲ ਉਸਦੇ ਪਿੰਡ ਦੇ ਘਰ ਪਹੁੰਚ ਕੇ ਕੀਤਾ ਦੁੱਖ ਸਾਂਝਾ। ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੁੱਲੋ ਨੇ ਕੀਤੀ PM ਮੋਦੀ ਨਾਲ ਮੁਲਾਕਾਤ। BJP 'ਚ ਸ਼ਾਮਿਲ ਹੋਣ ਨੂੰ ਲੈ ਕੇ ਪੱਖੀ ਸਿਆਸਤ। ਫੋਨ 'ਤੇ ਆਉਂਦੀਆਂ ਫਰਜ਼ੀ ਕਾਲਾਂ 'ਤੇ ਲੱਗੇਗੀ ਗੁਲਾਮ ਸਰਕਾਰ। ਟਰੂ ਕਾਲਰ ਹੋਣ ਜਾ ਰਿਹਾ ਲਾਂਚ, ਅਸਲੀ ਕਾਲਰ ਦੀ ਹੋ ਸਕੇਗੀ ਪਛਾਣ। ਨਿਊਜ਼ ਬਿਊਰੋ ਮਿਸ਼ਨ ਪੰਜਾਬ।